ਨਾਜ਼ਰੀਨ, ਤੁਸਾਂ ਇਹ ਜਿਹੜੀ ਮੈਂ ਕਲਿੱਪ ਚਲਾਈ ਹੈ 4 ਮਿੰਟ ਦੀ, ਜਿਹੜੀ ਕਿ ਇੱਕ ਬਹਿਰ ਦੇ ਇਦਾਰੇ ਨੇ ਆ ਕੇ ਪਾਕਿਸਤਾਨ ਨੇ ਬਣਾਈ, ਇਹਦੇ ਤੁਸਾਂ ਦੇਖੀ ਦੇ, ਇਹਦੇ ਉੱਤੇ ਮੈਂ ਜ਼ਿਆਦਾ ਕਮੈਂਟ ਨਹੀਂ ਕਰੇਂਦਾ ਕਿ ਇਹ ਖੁਦ ਸਭ ਚੀਜ਼ਾਂ 'ਚ ਆਇਆ ਹੈ ਕਿ ਇਕਬਾਲ ਵੀ ਬੁਲੇ ਦੇ ਪੈਨ, ਉਸਤਾਦ ਵੀ ਬੁਲੇ ਦੇ ਪੈਨ, ਫੋਟੋ ਵੀ ਤੁਸਾਂ ਦੇਖੀ ਦੇਣ ਕਿ ਲੋਕਾਂ ਦੇ ਕਿਆ ਹਾਲਾਤ ਹਨ। ਮਗਰ ਇਹ ਸਾਰੇ ਪਾਕਿਸਤਾਨ ਦੇ ਹਾਲਾਤ ਇਸ ਤਰ੍ਹਾਂ ਨਹੀਂ ਹਨ, ਇਹ ਸਿਰਫ ਉਹਨਾਂ ਨੇ ਚੰਦ ਜਿਹੜੇ ਬਹੁ ਸ਼ਿਕਸਤਾ ਹਾਲਤ ਜਗ੍ਹਾ ਹਨ ਉਹਨਾਂ ਨੇ ਉਹਦੇ ਬਾਰੇ 'ਚ ਤਾਕੂ ਬਾਵਰ ਕਰਾਏ। ਮਗਰ ਸਾਡੇ ਕੋਲ ਅੱਛੇ ਇੰਸਟੀਟਿਊਸ਼ਨ ਵੀ ਹਨ, ਸਾਡੇ ਕੋਲ ਬਹੁ ਆਲਾ ਤਾਲੀਮ ਵਾਲੇ ਸਕੂਲ ਵੀ ਹਨ, ਔਰ ਹੀ ਸਿਲਸਿਲੇ 'ਚ ਇੱਕ ਬੜਾ ਵੱਡਾ ਜਿਹੜਾ ਬੀਕਨ ਹਾਊਸ ਹੈ, ਔਰ ਬੜਾ ਇੱਕ ਮੁਲਕ 'ਚ 2 ਲੱਖ ਦੇ ਕਰੀਬ ਬੰਦਿਆਂ ਕੋਲ ਉਹ ਬਾਲਾਂ ਕੋ ਔਰ ਬੱਚਿਆਂ ਕੋ ਪੜ੍ਹੇਦਾ ਪਏ। ਉਹਦੀ ਚੀਫ ਐਗਜ਼ੈਕਟਿਵ ਸਾਹਿਬਾ ਮਿਸਿਸ ਕਸੂਰੀ ਅੱਜ ਮੇਰੇ ਨਾਲ ਹਨ, ਉਹਨਾਂ ਨਾਲ ਗੱਲ ਕਰੇ ਨੇ ਔਰ ਤੁਹਾਡੇ ਨਾਲ ਉਹ ਮੁਤਾਰਫ ਕਰੇ ਨੇ ਕਿ ਜੀ ਉਹਨਾਂ ਨੇ ਕਿਆ ਕੀਤਾ ਔਰ ਤਾਲੀਮ ਦੇ ਮਿਆਰ ਨੂੰ ਉੱਚਾ ਕਰਨ ਵਾਸਤੇ ਔਰ ਲੋਕਾਂ ਨੂੰ ਤਾਲੀਮ ਲਿਆਉਣ ਵਾਸਤੇ। ਮਿਸਿਸ ਕਸੂਰੀ, ਅਸਲਾਮ ਵਾਲੇਕੁਮ, ਵੈਲਕਮ ਸਾਰੇ ਪ੍ਰੋਗਰਾਮ ਵਿੱਚ। ਮੈਂ ਕਦੇ ਕਦੇ ਇਹ ਪ੍ਰੋਗਰਾਮ ਕਰਿੰਦਾ, ਮੇਰੇ ਕੋਈ ਸ਼ੌਕ ਆ, ਕੋਈ ਆਦਤ ਨਹੀਂ ਹੈ ਕਿ ਹਰ ਬੰਦੇ ਕੋਲ ਬਣ ਕੇ ਉਹਨਾਂ ਦਾ ਇੰਟਰਵਿਊ ਕਰਾਂ, ਮਗਰ ਮੈਂ ਸਮਝਦਾ ਕਿ ਤੁਸਾਂ ਚੂੰਕਿ ਇਹ ਕੰਮ ਵਿੱਚ ਬੜੀ ਅਰਸੇ ਤੋਂ ਆਪਣੀ ਇੱਕ ਖਿਦਮਤ ਦੇ ਨਾਲ ਤੁਸਾਂ ਇਲਾਕੇ ਦੀ ਔਰ ਪਾਕਿਸਤਾਨ ਦੀ ਇੱਕ ਤਵੱਜੋ ਦਾ ਮਰਕਜ਼ ਹੈ ਤੁਹਾਡੀ ਤਰਫੋਂ, ਇਹ ਮਗਰ ਦੱਸੋ ਤੁਸੀਂ ਕਿਉਂ ਇਹ ਕੰਮ ਸ਼ੁਰੂ ਕੀਤਾ ਔਰ ਕਿਤਨਾ ਅਰਸਾ ਥਾ ਇਹ ਤੁਸੀਂ ਕੰਮ ਸ਼ੁਰੂ ਕੀਤਾ? ਖਾਕਵਾਨੀ ਸਾਹਿਬ, ਮੁਝੇ ਅਬ ਮੇਰਾ ਖਿਆਲ ਹੈ 35 ਸਾਲ ਸੇ ਜ਼ਿਆਦਾ ਹੋ ਗਏ ਹੈ 1975 ਸੇ, ਅਗਰ ਆਪ ਦੇਖੇ ਮੈਨੇ 1975 ਮੇਂ ਸ਼ੁਰੂ ਕੀਆ ਥਾ ਔਰ ਉਸ ਵਕਤ ਮੇਰੇ ਦੋ ਹੀ ਬੱਚੇ ਥੇ, ਛੋਟੇ ਥੇ, ਔਰ ਉਨਕੋ ਜਬ ਮੈਂ ਲਾਹੌਰ ਮੇਂ ਸਕੂਲ ਦੇਖਨੇ ਗਈ ਕਿ ਮੈਂ ਉਨਕੋ ਸਕੂਲ ਮੇਂ ਦਾਖਲ ਕਰਾਊਂ, ਤੋ ਮੁਝੇ ਉਸ ਵਕਤ ਕੋਈ ਸਕੂਲ ਪਸੰਦ, ਯੇ ਸਮਝੇ ਕਿ ਪਸੰਦ ਨਹੀਂ ਆਇਆ। ਅੱਛਾ, ਮੈਂ ਪੂਰੇ ਲਾਹੌਰ ਮੇਂ, ਪੂਰੇ ਲਾਹੌਰ ਮੇਂ ਮੈਂ ਸਭ ਲਾਹੌਰ ਮੇਂ ਜਾ ਕੇ ਦੇਖੇ। ਮੈਂ ਅਮੈਰੀਕਨ ਸਕੂਲ ਵੀ ਗਈ, ਮਗਰ ਅਮੈਰੀਕਨ ਸਕੂਲ ਬਹੁਤ ਮਹਿੰਗਾ ਥਾ, ਮੈਂ ਅਫੋਰਡ ਨਹੀਂ ਕਰ ਸਕਤੀ ਥੀ, ਤੋ ਉਸਕੇ ਇਲਾਵਾ ਮੈਂ ਜਹਾਂ ਵੀ ਜਾ ਕੇ ਦੇਖਾ ਮੁਝੇ ਕੋਈ ਸਕੂਲ ਨਹੀਂ ਪਸੰਦ ਆਇਆ। ਔਰ ਚੂੰਕਿ ਮੈਨੇ ਚਾਈਲਡ ਸਾਈਕੋਲੋਜੀ ਪੜ੍ਹੀ ਵੀ ਥੀ ਆਪਣੇ ਮਾਸਟਰਸ ਕੇ ਅੰਦਰ, ਤੋ ਮੈਨੇ ਸੋਚਾ ਕਿ ਕਿਉਂ ਨਾ ਮੈਂ ਖੁਦ ਕੋਸ਼ਿਸ਼ ਕਰੂੰ ਕਿ ਮੈਂ ਇੱਕ ਸਕੂਲ ਸ਼ੁਰੂ ਕਰ ਲੂੰ। ਔਰ ਉਸ ਸਿਲਸਿਲੇ ਕੇ ਅੰਦਰ ਫਿਰ ਮੈਂ ਕਰਾਚੀ ਗਈ, ਮੈਂ ਕਿਉਂਕਿ ਮੇਰਾ ਖਿਆਲ ਥਾ ਕਿ ਮੌਂਟੇਸੋਰੀ ਸਿਸਟਮ ਜੋ ਹੈ ਉਹ ਛੋਟੇ ਬੱਚੋਂ ਕੇ ਲੀਏ ਸਭਸੇ ਬਿਹਤਰ ਸਿਸਟਮ ਹੈ, ਔਰ ਇਸੀ ਲਈ ਮੇਰੇ ਪਹਿਲੇ ਸਕੂਲ ਕਾ ਨਾਮ ਲਿਜ਼ੌਂਜ ਮੌਂਟੇਸੋਰੀ ਅਕੈਡਮੀ ਥਾ, ਅਬ ਵੀ ਹੈ ਲਿਜ਼ੌਂਜ ਮੌਂਟੇਸੋਰੀ, ਅਬ ਵੀ ਹੈ, ਗੁਲਬਰਗ ਮੇਂ ਹੈ ਜੀ, ਉਨਕੇ 5 ਸਕੂਲ ਹੈ।